ਨਾਜ਼ਰੀਨ ਮੈਂ ਐਨਾ ਵੱਡਾ ਐਨਾ ਮੋਟਾ ਨਾ ਆਪਣੇ ਆਪਣੇ ਪਹਿਲੀ ਚੋ ਲੈ ਕੇ ਆਇਆ ਐਨਾ ਮੋਟਾ ਗੋਂਗਲੂ ਤੋੜ ਕੇ ਲਿਆ ਚਾਚਾ ਕੀ ਕਰਨਾ ਮੈਂ ਹੈ ਆਰਾਮ ਕਰਿਆ ਕਰ ਹੁਣ ਯਾਰ ਆਓ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਸ਼ ਤੁਹਾਡੀ ਖਿਦਮਤ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ YouTube ਚੈਨਲ ਆਪਣਾ ਮੁੰਡੀ ਅੱਜ ਅਸੀਂ ਚੱਲਿਆ ਜੀ ਡੇਰਾ ਫਗਾਨਾ ਆਪਣੇ ਅਨਸਮਰੋਣਨ ਛੁੱਟੀਆਂ ਪੈ ਗਈਆਂ ਨੇ ਤੇ ਕਹਿੰਦੇ ਸੀ ਖਾਲਾ ਕੋਲ ਜਾਣਾ ਡੇਰੇ ਮੈਂ ਕਿਹਾ ਚਲੋ ਡੇਰਾ ਫਗਾਨਾ ਨਾ ਉਹਨੂੰ ਮੈਂ ਮੋਟਰਸਾਈਕਲ ਤੇ ਛਾਡਾਂ ਆਂ ਤੇ ਮੋਟਰਸਾਈਕਲ ਨਾ ਭਾਈ ਨੂੰ ਚਾਹੀਦੀ ਸੀ ਮੈਂ ਉਹਨਾਂ ਨੂੰ ਮੋਟਰਸਾਈਕਲ ਵਾਪਸ ਦੇ ਕੇ ਨਾ ਤੇ ਭਾਜੀ ਹੁਣ ਇਹ ਦੇਖ ਲਓ ਇਹ ਕੋਟਲਾ ਅਫਗਾਨਾ ਇਹਦੇ ਸਾਹਮਣੇ ਆਪਣੇ ਨਾ ਕੱਚਾ ਰਸਤਾ ਜਾਂਦਾ ਡੇਰੇ ਫਗਾਨੇ ਨੂੰ ਅਸੀਂ ਜਾਣਾ ਡੇਰੇ ਫਗਾਨੇ ਹੁਣ ਕੱਚੇ ਰਸਤੇ ਔਰ ਚੱਲਨੇ ਆਪਣੇ ਪੈਦਲ ਹੀ ਮੈਂ ਜਾਣਾ ਨਾਲ ਹੀ ਖਾਲਾ ਉਹਨਾਂ ਦਾ ਮੈਸੇਜ ਆ ਗਿਆ ਸੀ ਕਿ ਆਉਣ ਲੱਗਿਆ ਨਾ ਗੋਸ਼ਤ ਲਾਵੀਂ ਮੋਟਾ 2 ਕਿਲੋ ਤੇ 2 ਕਿਲੋ ਮੋਟਾ ਗੋਸ਼ਤ ਲਿਆ ਆਪਣੇ ਮੈਂ ਕਿਹਾ ਚਲੋ ਖਾ ਲਈ ਪਕਾਓ ਤੇ ਅਸੀਂ ਮੈਂ ਖਾ ਖੂ ਗੀ ਰੋਟੀ ਦੁਪਹਿਰਾਂ ਦੀ ਖਾ ਕੇ ਨਾ ਫਿਰ ਵਾਪਸ ਆਵਾਂਗੇ ਇਨਸ਼ਾਅੱਲਾ ਸਭਾ ਸਾਡੇ ਆਪਣੇ ਦੇਖਣ ਵਾਲੇ ਨੇ ਰਾਹੁਲ ਭਾਈ ਨੇ ਔਰ ਸ਼ਾਜ਼ੀਆ ਸਿਸਟਰ ਨੇ ਔਰ ਮੁਹੰਮਦ سعید ਭਾਈ ਨੇ ਹੋਰ ਬਹੁਤ سارے ਭਾਈ ਨੇ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਲੇਕਿਨ ਇਹ ਭਾਈ ਕਹਿੰਦੇ ਨੇ ਕਿ ਯਾਰ ਤਨਵੀਰ ਭਾਈ ਅਸੀਂ ਬੜੇ ਅਰਸੇ ਦਾ ਤੈਨੂੰ ਕਹਿ ਰਹੇ ਹਾਂ ਕਿ ਯਾਰ ਫਲਾਣੇ ਪਿੰਡ ਦੀ ਵੀਡੀਓ ਬਣਾ ਯਾਰ ਫਲਾਣ ਪਿੰਡ ਦੀ ਵੀਡੀਓ ਬਣਾ ਇਹ ਹਾਲ ਦੇਖਦੇ ਪਿਓ ਰਾਹੁਲ ਭਾਈ ਤੁਸੀਂ ਮੇਰੇ ਭਾਈ ਬੈਠ ਕੇ ਨਾ ਕਿਹੜਦੇ ਹੋ ਲੇਕਿਨ ਸਾਨੂੰ ਬੁਰਾ ਨਹੀਂ ਲੱਗਦਾ ਸਾਨੂੰ ਬਹੁਤ ਅੱਛਾ ਲੱਗਦਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਵੀਡੀਓ ਬਣਾਓ ਲੇਕਿਨ ਮੈਂ ਥੋੜਾ ਜਿਹਾ ਮਜਬੂਰ ਹਾਂ ਆ ਦੇਖ ਰਿਓ ਮੈਂ ਆਪਣੇ ਮੁੰਡੀ ਖੇਲ ਪਿੰਡ ਤੋਂ ਪੈਦਲ ਜਿਹੜਾ ਨਾ ਆਪਣੇ ਆ ਰਿਆਂ ਔਰ 2-3 ਕਿਲੋਮੀਟਰ ਪੈਦਲ ਜਾਣਾ ਸਾਡੇ ਇੱਥੇ ਖਾਲਾ ਰਹਿੰਦੇ ਨੇ ਡੇਰਾ ਅਫਗਾਨਾ ਪਿੰਡ ਐ ਇਹੀ ਵਜ੍ਹਾ ਕਿ ਮੋਟਰਸਾਈਕਲ ਨਹੀਂ ਹੈ ਤੇ ਮੋਟਰਸਾਈਕਲ ਬਗੈਰ ਤਾਂ ਨੂੰ ਪਤਾ 10-10 ਕਿਲੋਮੀਟਰ 20-20 ਕਿਲੋਮੀਟਰ 40-40 ਕਿਲੋਮੀਟਰ ਦੂਰ ਪਿੰਡ ਨੇ ਜਿਹੜੇ ਤੋਂ ਹਮਨੂੰ ਕਹਿੰਦੇ ਨੇ ਕਿ ਵੀਡੀਓ ਬਣਾਓ ਤੇ ਫਿਰ ਮੁਸ਼ਕਲ ਹੋ ਜਾਂਦਾ ਔਰ ਅਸ ਟਾਈਮ ਨਾ ਪੈਦਲ ਵੀ ਜਾ ਰਿਹਾ ਮੈਂ ਔਰ ਮੈਨੂੰ ਇਨਸ਼ਾ ਅੱਲਾਹ ਤਾਲਾ ਯਾਦ ਆ ਬਹੁਤ ਸਾਰੇ ਦੋਸਤਾਂ ਨੇ ਮੇਰੇ ਅਗੇ ਰਿਕਵੈਸਟ ਕੀਤੀ ਹੈ ਯਾ ਦੁਆ ਕਰੋ ਕਿ ਮੈਂ ਮੋਟਰਸਾਈਕਲ ਲੱਭ ਨਾ ਪਿਆ ਕੋਈ ਪੁਰਾਣੀ ਜੀ ਮੋਟਰਸਾਈਕਲ ਜਿਹੜੀ ਨਾ ਅੱਛੀ ਹਾਲਤ ਦੀ ਮਿਲ ਜੇ ਇਨਸ਼ਾ ਅੱਲਾਹ ਤਾਲਾ ਫਿਰ ਤੁਹਾਡੇ ਭਰਾਣੇ ਵੀ ਜਿਹੜੀ ਕਰਨਾ ਕਰਨਾ ਤੁਹਾਨੂੰ ਵਿਜ਼ਿਟ ਹੀ ਕਰਾਣਾ ਕਰਨਾ ਮੁਖਤਲਫ ਪਿੰਡਾਂ ਦਾ ਇਹ ਦਰਖਤਾਂ ਦੇ ਬੈਕ ਸਾਈਡ ਤੇ ਪਿੰਡ ਡੇਰਾ ਅਫਗਾਨਾ ਉਧਰ ਜਾ ਰਹੇ ਹਾਂ ਕਣਕਾਂ ਇੱਧਰ ਵੀ ਬੀਚ ਛੜੀਆਂ ਨੇ ਲੇਕਿਨ ਇਹ ਛੋਟੀਆਂ ਛੋਟੀਆਂ ਕਣਕਾਂ ਨੇ ਲੱਗਦਾ ਸਾਰੇ ਲੋਕਾਂ ਨਾਲ ਨਾ ਕੋਟਲਾ ਅਫਗਾਨਾ ਦੇ ਸਾਹਮਣੇ ਦੀ ਕੱਚਾ ਰਾਹ ਹੁੰਦਾ ਜਿਹੜਾ ਕੋਟਲੇ ਦੇ ਰਕਬੇ ਵੱਲੋਂ ਜਾਂਦਾ ਡੇਰਾ ਅਫਗਾਨਾ ਨੂੰ ਜਾਂਦਾ ਵੈਸੇ ਤੇ ਮੇਨ ਰੋਡ ਵੀ ਆ ਸਾਹਮਣੇ ਗਵਰਨਮੈਂਟ ਹਾਈ ਸਕੂਲ ਕੋਟਲਾ ਅਫਗਾਨਾ ਦਰਬਾਰ ਦੇ ਪਰਲੀ ਸਾਈਡ ਤੇ ਪੱਕੇ ਰੋਡ ਵੀ ਹੈ ਉਧਰੋਂ ਦੀ ਗੱਡੀਆਂ ਮੋਟਰਸਾਈਕਲਾਂ ਨੂੰ ਜਾਂਦਾ ਤੇ ਮੈਂ ਤਾਂ ਐਡੀ ਦੂਰੋਂ ਦੀ ਜਰੂਰ ਜਾਣਾ ਮੈਂ ਸੈਂਟਰ ਚੋਂ ਦੀ ਆਇਆ ਨਾ ਐ ਆਪਣੇ ਦਰਬਾਰ ਸ਼ੀਫ ਹੈ ਜੀ ਪੰਜ ਪੀਰ ਦਰਬਾਰ ਕਹਿੰਦੇ ਨੇ ਸਾਹਮਣੇ ਉਹ ਦਰਖਤਾਂ ਦੇ ਵਿੱਚ ਟਿਊਬਵਲ ਚੱਲਦਾ ਪਿਆ ਔਰ ਉਹ ਸਾਹਮਣੇ ਪਿੰਡ ਰਹਿ ਗਿਆ ਬਲੇ ਬੱਚਿਆਂ ਨੂੰ ਮੈਂ ਕੋਰਲੇ ਸਕੂਲ ਲਾਗੋ ਨਹੀਂ ਪੱਕੇ ਰੋਡ ਤੋਂ ਨਹੀਂ ਨਾ ਮੋਟਰਸਾ ਤੋਂ ਨਹੀਂ ਛੱਡ ਕੇ ਆ ਹੁਣਾਂ ਨੂੰ ਮੈਂ ਕਿਹਾ ਤੁਸੀਂ ਤੇ ਜਾਓ ਯਾਰ ਸਾਰੇ ਬੱਚੇ ਕਹਿੰਦੇ ਕਿ ਪੈਦਲ ਚੱਲ ਜੰਨੇ ਆ ਮੈਂ ਕਿਹਾ ਨਹੀਂ ਪੈਦਲ ਨਹੀਂ ਜਾਣਾ ਤੁਸੀਂ ਸਾਰਿਆਂ ਨੂੰ ਜ਼ਰੂਰ ਥੱਕਣਾ ਮੈਂ ਇਕੱਲਾ ਹੀ ਥੱਕਣ ਨੂੰ ਤਿਆਰ ਆ ਭਾਜੀ ਤੁਹਾਨੂੰ ਮੈਂ ਹਰਾਮ ਨਾਲ ਛੱਡ ਗਿਆ ਨਾ ਤੇ ਮੈਂ ਪੈਦਲ ਆਇਆ ਨਾ ਇਹ ਦੇਖੋ ਜੀ ਸਰੋਂ ਕਿੰਨੀ ਜ਼ਬਰਦਸਤ ਆ ਸਾਰੀ ਪੀਲੀ ਪੀਲੀ yellow yellow ਹੈ ਜ਼ਬਰਦਸਤ ਲੱਗਦੀ ਵੀ ਹੈ ਕਿੰਨੀ ਵਧੀਆ ਇਹ ਵਿੱਚ ਲੋਕਾਂ ਨੇ ਪੱਠੇ ਪੁੱਠੇ ਵੜਲੇ ਨੇ ਵਿੱਚ ਬੂਟੇ ਜਿਹੜੇ ਨੇ ਸਰੋਂ ਦੇ ਛੱਡੇ ਦੇ ਨੇ ਸਰੋਂ ਬੜੀ ਪਿਆਰੀ ਲੱਗਦੀ ਪੀਏ ਵੈਸੇ ਹਾਂ ਤਸਵੀਰ ਤਸੂਰ ਖਿੱਚਣੀ ਹੋਣਾ ਕਿ ਸਰੋਂ ਦੇ ਵਿੱਚ ਖਲੋਗੇ ਖਿਚਾ ਕਰੋ ਬੜੀ ਜ਼ਬਰਦਸਤ ਤਸਵੀਰ ਆਂਦੀ ਆਂ ਭਾਈ ਗਿਆ ਪੱਠੇ ਵੱਡੜ ਐ ਸਾਰੀ ਸਰੋਂ ਹੈ ਥੋੜਾ ਹੀ ਰਹਿ ਗਿਆ ਸਫ਼ਰ ਸਾਡਾ ਵੀ ਆਹ ਸਾਹਮਣੇ ਮਕਾਨ ਆ ਗਏ ਕਿੰਨੀ ਜ਼ਬਰਦਸਤ ਹੈ ਟੂਰ ਹੋਦੀ ਨਹੀਂ ਬਣਾਈ ਦੀ ਇਹਨਾਂ ਨੇ ਐਂਜੀ ਟੋਇਆ ਜਿਹੜਾ ਨਾ ਕੱਢਿਆ ਦਾ ਆ ਦੇਖੋ ਟੋਇਆ ਕੱਢਦਾ ਵੀ ਟੂਰ ਲੱਗਾ ਵਾ ਨਜ਼ਾਰੇ ਨੇ ਯਾਰ ਕਦੇ ਜਿਹੜੇ ਸਾਡੇ ਸ਼ਹਿਰੀ ਨੇ ਅਗਰ ਇਹ ਛੁੱਟੀਆਂ ਦੇ ਦਿਨਾਂ 'ਚ ਕਿਤੇ ਢਾੜਾ ਟੂਰ ਲੱਗਦਾ ਕਿਤੇ ਪਿੰਡਾਂ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਆਪਣੇ ਅਜ਼ੀਜ਼ੋ ਘਰਬਰ ਕੋਲ ਕਿਤੇ ਚੱਕਰ ਲੱਗਦਾ ਚੱਕਰ ਲਾਇਆ ਕਰੋ ਪਿੰਡਾਂ ਥਾਂ 'ਚ ਬੜਾ ਮਾਹੌਲ ਜ ਬੜਾ ਜ ਜ਼ਬਰਦਸਤ ਹਰੇ-ਭਰੇ ਖੇਤ ਸੋਹਣਾ ਮਾਹੌਲ ਲਓ ਜੀ ਅਸੀਂ ਪਹੁੰਚ ਗਏ ਐ ਡੇਰਾ ਫਗਾਨਾ ਆਪਣਾ ਜੀ ਇੱਥੇ ਖਾਲਾ ਨਹੀਂ ਰਹਿੰਦੇ ਇੱਥੇ ਪਹੁੰਚ ਗਏ ਅਸੀਂ ਆਏ ਆ ਐਸ ਸਾਈਡ ਤੋਂ ਸਾਹਮਣੇ ਉਹ ਦਰਖਤਾਂ ਦੇ ਬੈਕ ਸਾਈਡ ਤੇ ਨਾ ਮੁੰਡੀ ਖੇਲ ਪਿੰਡ ਐ ਇਹ ਸਾਰਾ ਕੱਚਾ ਰਸਤਾ ਉਧਰੋਂ ਆਉਂਦਾ ਇਧਰੋਂ ਦੀ ਹੀ ਆਏ ਆ ਚੱਲ ਕੇ ਔਰ ਤੁਹਾਨੂੰ ਜਿਸ ਤਰ੍ਹਾਂ ਕਿ ਪਹਿਲੇ ਤੁਸੀਂ ਸਾਡੀ ਇੱਕ ਵੀਡੀਓ ਹੀ ਦੇਖਿਆ ਜਿਹੜਾ ਅਸੀਂ ਤੁਹਾਨੂੰ ਦੱਸਿਆ ਦੁੱਧ ਲੈਣ ਗਏ تھے ਡੇਰਾ ਫਗਾਨਾ ਮੁਖਤਲਿਬ ਪਿੰਡਾਂ ਚ ਮਸਲਨ ਜਗ੍ਹਾ ਤੇ ਜਾ ਕੇ ਬੈਠਾ ਦਾ ਕੁਛ ਡੇਰਾ ਫਗਾਨਾ 1988 ਜਿਹੜੇ ਰੋਡ ਤੇ ਇੱਥੇ ਬੈਠਾ ਕੁਝ ਐ ਕਾਰ ਜਿਹੜੇ ਤੁਹਾਨੂੰ ਦੱਸੇ ਨੇ ਦਰਖਤਾਂ ਦੀ ਬੈਕਗ੍ਰਾਉਂਡ ਤੇ ਮਕਾਨ ਨੇ ਜਿੱਦੋਂ ਅਸੀਂ ਕੱਲ ਆਪਣੇ ਨਾ ਅਗਲੇ ਦਿਨ ਦੁੱਧ ਲੈ ਕੇ ਆਏ ਆ ਮੈਂ ਤੇ ਔਰ ਕੁਝ ਕਾਰ ਜਿਹੜੇ ਨੇ ਐ ਸੜਕ ਵਾਲੀ ਸਾਈਡ ਤੇ ਕਾਫੀ ਇਹ ਵੀ ਕਾਰ ਨੇ ਇਧਰ ਬਣੇ ਨੇ ਔਰ ਸਰਸਬਜ਼ ਖੇਤ ਨੇ ਕਣਕਾਂ ਬੀਜੀਆਂ ਗਈਆਂ ਸਰੋਂ ਆ ਬਰਸਨ ਲੋਕਾਂ ਨੇ ਲਾਇਆ ਦਾ ਸਾਹਮਣੇ ਗਵਰਨਮੈਂਟ ਹਾਈ ਸਕੂਲ ਕੋਟਲਾ ਅਫਗਾਨਾ ਤੇ ਚੱਲਨੇ ਆਂ ਅਸੀਂ ਆਪਣੇ ਐਨਾ ਸਫ਼ਰ ਕਰ ਲਿਆ ਆਪਣੇ ਚੱਲ ਕੇ ਆ ਗਏ ਹੁਣ ਅਸੀਂ ਆਪਣੇ ਜੀ ਚੱਲ ਲੈ ਆਪਣੇ ਖਾਲਾ ਦੇ ਘਰ ਨੂੰ ਉਹਨਾਂ ਨੂੰ ਕਹਿੰਨੇ ਆ ਤੁਹਾਡੀ ਮਿਹਰਬਾਨੀ ਹੈ ਥੱਕ ਗਿਆ ਮੈਂ ਮੈਂ ਹੁਣ ਗੋਸ਼ਤ ਪਕਾਉ ਦਾ ਰੋਟੀ ਖਾਈ ਤੇ ਫਿਰ ਵਾਪਸੀ ਦਾ ਸੋਈਨੇ ਮਾਇਰਾ ਆ ਗਈ ਆ ਅੱਗ ਵਾਲੀ ਮਾਇਰਾ ਆਂਦੇ ਗੰਨਾ ਚੂੰ ਪੰਡੀਆਂ ਹੈ ਐ ਖਾਲਾ ਹਣ ਦੀ ਨਾ ਆਪਣੇ ਕਜ਼ਨ ਨੇ ਮੇਰੇ ਮਜ਼ਰ ਹੁਣੀ ਉਹਨਾਂ ਦੀ ਹਵੇਲੀ ਆ ਐ ਸੜਕ ਤੇ ਨਾਲ ਹੀ ਉਹਨਾਂ ਦੇ ਡੰਗਰ ਵੱਜਦੇ ਨੇ ਗਾਈਆਂ ਨੇ ਗੋ ਕਾਈ ਆ ਮੈਰੂ ਕੋਈ ਨਹੀਂ ਇਹਨਾਂ ਦਾ ਲੱਗਦਾ ਪਿਆ ਕੋਈ ਕਿੱਥੇ ਨੇ ਅਨਸੂਮਰ ਅਨਸੂਮਰ ਘਰ ਨੇ ਇਹ ਆਪਣੇ ਖਾਲਾ ਨਾਲ ਦਾ ਘਰ ਆ ਜੀ। ਪਾਪਾ ਜੀ। ਇਹ ਦੇਖੋ। ਬੱਲਾ ਆ ਰਿਹਾ। ਆ ਦੇਖੋ। ਉਮਰ ਦਾ ਹਾਲ ਦੇਖ। ਕਿੱਥੇ ਬੱਲਾ ਆ ਰਿਹਾ ਤੁਹਾਨੂੰ। ਅਹਿਮਦ ਬੁਲਾ ਰਿਹਾ ਐ ਹੰਸ ਵੀ ਆ ਗਿਆ। ਚੂਬ ਲੈਣਗੇ ਨਹੀਂ। ਬੱਲਾ। ਹਾਂ। ਬੱਲੇ ਜੀ ਬੱਲੇ। ਅਸੀਂ ਆ ਗਏ ਘਰ ਜੀ ਇਹ ਦੇਖੋ ਇਹਨਾਂ ਦਾ ਹਾਲ। ਅਸਲਾਮੁਅਲੈਕਮ। ਅਸਲਾਮੁਅਲੈਕਮ। ਹਾਂ ਗਰਮੀ ਲੱਗਦੀ ਪਈ ਆ। ਆਪਣੇ ਨਿੰਬੂਆਂ ਦਾ ਬੂਟਾ ਲੇਕਿਨ ਇਹ ਨਿੰਬੂ ਨਾ ਖਾਲਾ ਦੇ ਇੱਥੇ ਡੇਰਾ ਫਗਾਨਾ ਘਰ ਨਾਲ ਇੱਥੇ ਨਿੰਬੂ ਬਹੁਤ ਘਟ ਨੇ। ਲੇਕਿਨ ਐਸ ਤਰ੍ਹਾਂ ਦੇ ਨਿੰਬੂ ਡੇਰਾ ਨੂਰਮਲਕ ਨਾ ਨਾਨੀ ਹੋਂ ਦੇ ਘਰ। ਇਹ ਨੱਕਾ ਪਾਲੇ ਪੈਂਦਾ ਨਿੰਬੂਆਂ ਨੂੰ ਕਿ ਪੱਤੇ ਨਹੀਂ ਲੱਭਦੇ ਬੜਾ ਉਹ ਤੁਹਾਨੂੰ ਅਗਰ ਨੋਰਮਲ ਗਡੇਰੇ ਗਏ ਨਾ ਤੁਹਾਨੂੰ ਦਿਖਾਵਾਂਗੇ ਬੂਟਾ ਵੀ ਬੜਾ ਨਿੰਬੂ ਪੈਂਦਾ ਤੇ ਇਹਨਾਂ ਐਸ ਨਿੰਬੂ ਨੂੰ ਤੇ ਬਹੁਤ ਘਾਟ ਨੇ ਬਾਕੀ ਆ ਫਾਲ ਵਾਲੇ ਨੇ ਕੋਈ ਬੂਟੇ ਤੇ ਅਮਰੂੰਦਾ ਦਾ ਬੂਟਾ ਅਮਰੂਦ ਦੇਖੋ ਕਿੰਨੇ ਮੋਟੇ ਮੋਟੇ ਨਾ ਐੜ ਪੈਂਦੇ ਇਹ ਆਪਣੇ ਕਿੱਥੇ ਚੜੇ ਦੇ ਸੀੜੀਆਂ ਦੇ ਆਓ ਬੱਲੇ ਓਏ ਬੱਲੇ ਇਹ ਦੇਖੋ ਸੀੜੀਆਂ ਦੇ ਚੜੇ ਦੇ ਜੇ ਉਹ ਕਿਥਿਆ ਬਿੱਲੀ ਕਿਥਿਆ ਬਿੱਲੀ ਇੱਧਰ ਆ ਓਏ ਇੱਧਰ ਆ ਓਏ ਇਹ ਦੇਖੋ ਜੀ ਆਪਣੇ ਉਹ ਕਿਥਿਆ ਓ ਬਿੱਲੀ ਆ ਆਂਬ ਦੇ ਬੂਟੇ ਤੇ ਚੜੀ ਦੀ ਆ ਰਾਮ ਨਾਲ ਦੇਖ ਕੇ ਰਾਮ ਨਾਲ ਆ ਜਾਓ ਇਹ ਕੇਲੇ ਦੇ ਬੂਟੇ ਆ ਦੇਖੋ ਓਏ ਨੀਚੇ ਕੇਲੇ ਇਹ ਸਾਰੇ ਆਪਣੇ ਨਾ ਮਜ਼ਰ ਉਹਨਾਂ ਦੀਆਂ ਪਾਲੀਆਂ ਨੇ ਇਹ ਸਟਾਲਾ ਵਰਸਨ ਵਗੈਰਾ ਸਰੋਂ ਵਗੈਰਾ ਬੀਜੀ ਦੀ ਹੈ ਨਾਲ ਹੀ ਆਪਣੇ ਥੋੜੀ ਦੂਰ ਹੀ ਆਪਣੇ ਕਹ ਲੋ ਕੋਈ 2-3 ਕਿਲੋਮੀਟਰ ਬਾਰਡਰ ਹੈ ਇੱਧਰ ਵੀ ਆਏ ਨਾ ਜੀ ਨਹੀਂ ਨਹੀਂ ਉਧਰ ਨਹੀਂ ਜਾਣਾ ਆ ਦੇਖੋ ਇਹ ਸੋਲਰ ਸਿਸਟਮ ਵੀ ਲਾ ਲਿਆ ਵਾਹ ਜੀ ਵਾਹ ਮਜ਼ਰ ਹੁਣਾਂ ਤੇ ਤਰੱਕੀ ਕਰ ਲਈ ਦੀ ਆ ਜ਼ਬਰਦਸਤ ਹੋ ਗਿਆ ਜੀ ਕਿੰਨਾ ਪਿਆਰਾ ਮਾਹੌਲ ਆ ਯਾਰ ਪਰ ਤੇ ਟੁੱਟ ਗਈ ਨਾ ਤੇ ਮਮ ਮਜ਼ਰ ਨੇ ਬਹੁਤ ਮਾਰਨਾ ਤੁਹਾਨੂੰ ਖਾਲਾ ਨੇ ਚਾਹ ਲੈ ਆਂਦੀ ਆ ਖਾਲਾ ਕਹਿੰਦੀ ਚਾਹ ਬਿਸਕਟ ਖਾਓ ਮੈਂ ਖਲਾਈ ਆਹੀਂ ਤੇ ਸਵੇਰ ਸਵੇਰ ਨਾ ਮੂਲੀ ਵਾਲੇ ਪਰਾਠੇ ਖਾ ਗਏ ਆ ਤੇ ਇਹ ਕੀ ਆਪਣੇ ਉਮਰ ਦੱਸਣ ਲੱਗਾ ਦੱਸੋ ਜਰਾ ਨਾ ਆਜ਼ਰੀ ਨੂੰ ਕਿਸ ਤਰ੍ਹਾਂ ਦੱਸਣ ਦੇਖੋ ਕਿ ਡਿਗੜੇ ਵੱਡੇ ਗੋਂਗਲੂ ਤੁਹਾਡੇ ਦੱਸਣਾ ਨਾਜ਼ਰੀਨ ਨੂੰ ਕਿਸਨਾ ਦੱਸਣਾ ਗੋਂਗਲੂ ਦੇ ਬਾਰੇ ਚ ਦੱਸੋ ਦੱਸ 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 ਦੱਸਣਾ ਝੱਕਣਾ ਨਹੀਂ ਹੁਣ ਜਿਹੜਾ ਝਕੇਗਾ ਨਹੀਂ ਉਹਨੂੰ ਪੈਸੇ ਨਹੀਂ ਮਿਲਣੇ ਜਲਦੀ ਦੱਸੋ ਦੱਸ ਜਿਵੇਂ ਮੈਂ ਬੋਲਣਾ ਉਸਨੂੰ ਬੋਲ ਕੇ ਦੱਸਦਾ ਉਹਦਾ ਟਾਈਮ ਥੋੜਾ ਜਲਦੀ ਬੋਲ ਕੇ ਦੱਸ ਬੋਲ ਕੇ ਦੱਸ ਨਾ ਹੁਣ ਚਵਲਾ ਮਾਰਦਾ ਪਿਆ ਹੁਣ ਹੁਣ ਬੋਲ ਵਾਰ ਕੀ ਐਂਸ ਦੱਸ ਜਰਾ ਨਾਜ਼ਰੀਨ ਨੂੰ ਕਿਸਨਾ ਗੋਂਗਲੂ ਦੱਸਣਾ ਕਿਥੋਂ ਪੁੱਟ ਕੇ ਲਿਆਉਂਦਾ ਦੱਸ ਅਦਰਕ ਦੱਸ ਨਾਜ਼ਰੀਨ ਆ ਪਾਲੀਆਂ ਚ ਨਾਜ਼ਰੀਨ ਆ ਪਾਲਿਆਂ ਚੋ ਤੋੜ ਕੇ ਲੈਂਦਾ ਐਡਾ ਮੋਟਾ ਹੀ ਐਡਾ ਮੋਟਾ ਗੁੰਗਲੂ ਤੋੜ ਕੇ ਲੈਂਦਾ ਕਾਲਾ ਨੇ ਦਿੱਤਾ ਤੇ ਮਲਾਇਆ ਕਾਲਾ ਨੇ ਦਿੱਤਾ ਮਲਾਇਆ ਨਾਜ਼ਰੀਨ ਮੈਂ ਨਾ ਵੱਡਾ ਐਨਾ ਮੋਟਾ ਨਾ ਆਪਣੇ ਆਪਣੇ ਪਹਿਲੀ ਚੋ ਲੈ ਕੇ ਆਇਆ ਐਨਾ ਮੋਟਾ ਗੁੰਗਲੂ ਤੋੜ ਕੇ ਦੇਖੋ ਕਿ ਨਹੀਂ ਐਡਾ ਮੋਟਾ ਤੂੰ ਪੁੱਟ ਲੈ ਖਾ ਲੇਗਾ ਆ ਖੁਦ ਪੁੱਟਿਆ ਤੂੰ ਆਪਣਾ ਹਾਂਜੀ ਬੜੀ ਗੱਲ ਆ ਯਾਰ ਐਡਾ ਮੋਟਾ ਗੁੰਗਲੂ ਪੁੱਟ ਲੈਂਦਾ ਤੇ ਇਹ ਤੇਰੇ ਨਾਲੋਂ ਵੱਡਾ ਤੇ ਗੁੰਗਲੂ ਹੈ ਖਾ ਲੈ ਹਣ ਪੱਕਾ ਦਾ ਹੋਣਾ ਭਾਈ ਪੱਕਾ ਦਾ ਕੱਚਾ ਪੱਕਾ ਮਿੱਠਾ ਮਿੱਠਾ ਨਹੀਂ ਮਿੱਠਾ ਰਹੇਗਾ ਮੈਂ ਪੱਕਾ ਦਾ ਨਾ ਨਾ ਇੱਕ ਕੁਲਾ ਹੁੰਦਾ ਨਾ ਹੋਣੀ ਪੱਕਣਾ ਗਿਆ ਦਾ ਮਾਸ਼ਾ ਅੱਲਾਹ ਜੀ ਗੋਸ਼ਤ ਪੱਕ ਗਿਆ ਖਾ ਲੈਣਾ ਮੈਂ ਖਾਣਾ ਪਕਾ ਕੇ ਸਾਨੂੰ ਦੇ ਤਾ ਅੰਸਾਂ ਖਾ ਰਿਆ ਮਾਇਰਾ ਵੀ ਬੈਠੀ ਦੀ ਹੈ ਆਪਣੇ ਮਾਇਰਾ ਨੂੰ ਖਾਂਸੀ ਬਹੁਤ ਜ਼ਿਆਦਾ ਹੋ ਰਹੀ ਹੈ ਮਾਇਰਾ ਨੂੰ ਨਾ ਜਾਂਦੇ ਨੇ ਹਸਪੀਟਲ ਚੋਂ ਸੀਰਪ ਲੈ ਕੇ ਦਿੰਦੇ ਆ ਬਹੁਤ ਜ਼ਿਆਦਾ ਖਾਂਸੀ ਹੋ ਰਹੀ ਆ ਬਹੁਤ ਸਾਰੇ ਸੀਰਪ ਇਹਨੂੰ ਪੁਲਾਏ ਨੇ ਬੜਾ ਦੱਸਿਆ ਡਾਕਟਰ ਨੂੰ ਲੇਕਿਨ ਅਫਰਕ ਨਹੀਂ ਪੈ ਰਿਹਾ ਦੁਬਾਰਾ ਫਿਰ ਦੱਸ ਲੈ ਆਪਣੇ ਇਹਨਾਂ ਸੀਰਪ ਨੂੰ ਅੱਛਾ ਜਿਹਾ ਲੈ ਕੇ ਚੱਲ ਜਾਨੇ ਆ ਔਰ ਮਾਇਰਾ ਉਹ ਸੀਰਪ ਪੀਣਾ ਠੀਕ ਹੈ ਨਾ ਤੇ ਟੋਪੀ ਵੀ ਪਹਿਨਿਆ ਕਰ ਫਿਰ ਸਰਦੀ ਲੱਗਦੀ ਫਿਰ ਖਾਂਸੀ ਹੁੰਦੀ ਆ ਬਿਸਮਿਲ੍ਲਾ ਪੜਨੇ ਜੀ ਖਾਣਾ ਖਾਣਿਆ ਫਿਰ ਨਿਕਲਨੇ ਆ ਤੁਮ ਆਪਣੇ ਵਾਪਸ ਚੱਲਨੇ ਪੈਣ ਨੂੰ ਅਸੀਂ ਵਾਪਸ ਆ ਗਏ ਆ ਜੀ ਜਾਨੇ ਆ ਇਹ ਮੋਟਰਸਾਈਕਲ ਮਿਲ ਗਿਆ ਸੀ ਵਾਪਸੀ ਤੇ ਸਾਨੂੰ ਹੁਣ ਮੋਟਰਸਾਈਕਲ ਨਹੀਂ ਮਿਲਿਆ ਪੈਦਲ ਆ ਰਹੇ ਆ ਆਇਦਾ ਆਈਦਾ ਥੱਕ ਗਿਆ ਆਇਦਾ ਕਹਿਂਦੀ ਆ ਕਿ ਪਪਾ ਹੁਣ ਮੈਨੂੰ ਚੋਕਲਾ ਕਿੰਨੀ ਦੌੜ ਹੀ ਆ ਗਏ ਆ ਵਾਪਸ ਖਾਲਾ ਦੇ ਘਰੋਂ ਔਰ ਅਨਸੂਮਰ ਜਿਹੜੇ ਨੇ ਉਹ ਦੇਖੋ ਸਾਹਮਣੇ ਅੱਗੇ-ਅੱਗੇ ਦੌੜੇ ਨੇ ਉਹ ਜਾ ਰਹੇ ਨੇ ਮਾਇਰਾ ਉਹ ਜਾ ਰਹੀ ਹੈ ਆ ਉਹ ਗਿਆਈ ਅਨਸੂਮਰ ਵੀ ਅਨਸ ਅੱਗੇ ਸਭ ਤੋਂ ਜ਼ਿਆਦਾ ਅਨਸ ਨੂੰ ਬਹੁਤੀ ਜਲਦੀ ਪਈ ਜਾਂਸ ਕਹਿੰਦਾ ਮੈਂ ਟਿਊਸ਼ਨ ਬਣਨੀ ਹੈ ਪਾਪਾ ਮੈਂ ਕਿਹਾ ਚਲ ਜੀ ਠੀਕ ਆ ਸਾਹਮਣੇ ਅਨਸੂਮਰ ਉਹ ਦੇਖੋ ਪ੍ਰਾਲੀ ਦੇ ਉੱਤੇ ਨਾ ਛੱਪੇ ਮਾਰਦੇ ਜਾਣ ਲੈਣ ਅੱਗੇ-ਅੱਗੇ ਦੌੜੇ ਜਾਣ ਲੈਣ ਕੱਪੜੇ ਇਹਨਾਂ ਦੇ ਖਰਾਬ ਕਰ ਲੈਣ ਖਲੋ ਜੋ ਜ਼ਰਾ ਅਨਸੂਮਰ ਯਾਰੇ ਰਾਮ ਨਾਲ ਜਾਓ ਥੱਕ ਜਾਣਾ ਤੁਹਾਂ ਦੌੜ-ਦੌੜ ਕੇ ਆਓ ਦੇਖੋ ਇਦਰੋਂ ਦੀ ਚੱਲੀ ਆ ਵਿਚੋਂ ਦੀ ਸੜਕ ਪੱਕੀ ਤੇ ਅਗਰ ਚੜੇ ਨਾ ਤਾ ਦੂਰ ਹੋਏ ਨਾ ਮੈਂ ਕਹਿੰਨਾ ਵਿਚੋਂ ਦੀ ਪੈ ਜਿੰਨਾ ਬੰਨੇ ਬੰਨੇ ਨਾ ਆਪਣੇ ਆਹ ਸਾਹਮਣੇ ਪਿੰਡ ਚੱਲ ਜਾਣਾ ਅਸੀਂ ਆਪਣੇ ਅਸੀਂ ਪੌਂ ਗਏ ਜੀ ਆਪਣੇ ਪਿੰਡ ਦੇ ਬਿਲਕੁਲ ਆਗੇ ਸਾਹਮਣੇ ਨਾਲ ਹੀ ਸਾਡਾ ਪਿੰਡ ਆ ਅਸੀਂ ਜਿੱਧਰੋਂ ਦੀ ਮੈਂ ਗਿਆ ਸੀ ਨਾ ਤੁਹਾਨੂੰ ਦੱਸਿਆ ਸੀ ਕਿ ਕੋਲੜੇ ਦੇ ਸਾਹਮਣੇ ਦੀ ਕੱਚਾ ਰਸਤਾ ਉਧਰੋਂ ਦੀ ਗਿਆ ਉਧਰੋਂ ਦੀ ਅਸੀਂ ਆਏ ਨਹੀਂ ਬੱਚੇ ਕਹਿੰਦੇ ਸ਼ਾਰਟਕਟ ਮਾਰਨਾ ਰਸਤਾ ਜਲਦੀ ਸ਼ਾਰਟਕਟ ਜਾਣਾ ਜਲਦੀ ਪਿੰਡ ਪਹੁੰਚੀ ਅਨਸਮਰੋਣੀ ਵੀ ਆ ਦੇਖੋ ਰਾਂ ਗੁੱਡੇ ਦੇ ਨੇ ਥੱਕੇ ਦੇ ਨੇ ਪੈਲੀਆਂ ਦੇ ਵਿੱਚੋਂ ਹੀ ਦੌੜੇ ਆਏ ਅਸੀਂ ਇਧਰੋਂ ਦੀ ਆਏ ਆ ਬੈਕ ਸਾਈਡ ਸਾਡੇ ਨਾ ਐਸ ਸਾਈਡ ਤੇ ਐਸ ਸਾਈਡ ਤੋਂ ਅਸੀਂ ਆਏ ਆ ਸਾਹਮਣੇ ਐੜੇ ਤੁਸੀਂ ਆਂਬਾਂ ਦੇ ਬੂਟੇ ਦੇਖਿਆ ਸਾਰੇ ਪੈਲੀਆਂ ਦੇ ਵਿੱਚੋਂ ਦੀ ਅਸੀਂ ਗੁਜ਼ਰਦੇ ਆਏ ਮੈਂ ਚਲ ਗਿਆ ਸੀ ਡੇਰਾ ਫਗਾਨਾ ਤੇ ਡੇਰੇ ਤੋਂ ਆਇਆ ਵਾਪਸ ਤੇ ਪਤਾ ਲੱਗਾ ਕਿ ਭਰਾਤ ਆ ਗਈ ਸੀ ਲੋਰਾਂ ਦੇਖਦੇ ਉਹ ਬੱਸਾਂ ਖੜੀਆਂ ਨੇ ਘਾਰਾਂ ਗੁਰਾਂ ਖੜੀਆਂ ਲੋਰਾਂ ਭਰਾਤ ਆ ਗਈ ਸੀ ਔਰ ਆਪਣੇ ਮੈਂ ਜਿੱਥੇ ਲਸਨ ਨਹੀਂ ਲੱਗਾ ਦਾ ਆਪਣੇ ਛੋਟੇ ਨਿਊ ਯਾਰ ਜਬਰ ਭਾਈ ਦੇ ਉਹ ਡੰਗਰ ਬੱਜੇ ਤੇ ਨੇ ਸਾਹਮਣੇ ਜਬਰ ਭਾਈ ਨਿਕਲੇ ਇੱਧਰ ਨੂੰ ਕਹਿੰਦਾ ਮਹਾ ਤਨਵੀਰ ਭਾਈ ਇੱਕ ਮਿੰਟ ਖੜੇ ਹੋ ਔਰ ਮੋਜੀ ਸਨਾ ਠੀਕ ਠਾਕ ਮੋਜੀ ਝੂਣ ਨਹੀਂ ਮਾਰਨਾ ਕਿੰਨੇ ਪੈਸੇ ਫੜੇ ਨੇ ਬਰਾਤ ਖਾਨ ਚਲੇ ਯਾਰ ਨਹੀਂ ਬਰਾਤ ਖਾਨ ਚਲੇ ਮੋਜੀ ਪੈਸੇ ਕਿੰਨੇ ਫੜੇ ਝੂਣਾ ਮਰ ਪੈ ਨਹੀਂ ਪੜਦੀ ਅਸੀਂ ਨਹੀਂ ਮੋਜੀ ਫੇਰ ਵੀ ਦੱਸ ਦੇ ਕਿੰਨੇ ਤੁਹਾਨੂੰ ਪਤਾ ਹੀ ਪੈ ਨਹੀਂ ਮੇਰੀ ਫੜੇ ਅੱਲਾਮ ਕਦੇ ਨਹੀਂ ਫੜੇ ਮੈਂ ਅੱਲਾਹ ਦਾ ਸ਼ੁਕਰ ਹੈ ਸੱਚੀ ਗੱਲ ਮੈਨੂੰ ਪਤਾ ਲੱਗਾ ਵੀ ਤੂੰ ਹਰਾ ਹਜ਼ਾਰ ਰੁਪਏ ਫੜਿਆ ਕਿੰਨੇ ਫੜਿਆ ਤੂੰ ਮੈਨੂੰ ਤੈਨੂੰ ਕਿਹੜਾ ਪਾਗਲ ਲੱਗਿਆ ਮੈਨੂੰ ਦੱਸ ਅੱਛਾ ਮੈਨੂੰ ਪਤਾ ਲੱਗਾ ਮੁੜੇ ਦੇ ਸੰਡੇ ਮੋਜੀ ਨੇ ਬੜੇ ਪੈਸੇ ਫੜੇ ਨੇ ਇਹ ਕੱਪੜੇ ਗੰਦੇ ਹੋ ਗਏ ਨੇ ਹੁਣ ਕੱਪੜੇ ਇਹ ਬਦਲ ਕੇ ਆ ਨਹੀਂ ਨਹੀਂ ਕੱਪੜੇ ਤਾਂ ਕੱਲ ਦੇ ਪਾਏ ਨੇ ਆ ਤਾਂ ਬਸ ਸਵੇਰ ਹੀ ਪਾਏ ਜੂ ਅੱਛਾ ਹਾਂ ਸ अच्छा यही नाजरीन अगर तुम साज्ड का ब्लाग अच्छा लगा है दुआ है कि अल्लाह खुश रखे आबाद रखे अल तला अपने च रखे तला नेक मकसद च कामयाब करे और अपने मौजूदी भाई न अपने तमीर खान कावश को दो इजाजत अल्लाह हाफिज़